जी अस्सलाम वालेकुम, कैसे हैं जी? उम्मीद है खैरियत से होंगे। मैं जुनैद अशरफ तो मौजूद हैं जी। बेसिकली ये स्टोरी, स्पेशली ये स्टोरी यहाँ आने वाली, वो बड़ी इंटरेस्टिंग है, बहुत ही इंटरेस्टिंग है। हमें नहीं पता था इधर जानवर खड़े हैं, जैसे आए हैं वो मैं अब्बा जी को कहूँगा कि वो ज़रूर वो चीज़ ज़रूर रिकॉर्ड करनी है। उसके बाद जानवरों की इधर हेल्थ, स्पेशली हेल्थ बहुत अच्छी है, बहुत अच्छा शौक किया जा रहा है। शौक बेसिकली यही है कि आप अपने जानवर को अच्छा खिलाओ और उन्हें हट्टा कट्टा रखो, सबसे बेहतरीन शौक यही है। और उसके साथ जब आपके पास ब्रीड अच्छी हो दैन वो शौक दोबाला हो जाता है। सही है जी, तो दिखाते हैं जी आपको जानवर भी, इनकी स्पेशल हेल्थ के बारे में पूछेंगे कि माशाल्लाह इतने हेल्थी जानवर कैसे हैं। तो पूरी डिटेल इंशाल्लाह वीडियो में लेंगे, स्पेशली इनके पास 3-4 बच्चे हैं, वो बड़े अच्छे पॉइंट्स में, तो इंशाल्लाह आपको दिखाते हैं जी। जी अस्सलाम वालेकुम भाई। वालेकुम सलाम भाई। भाई नाम क्या अपना? मोहम्मद अमीन नाम। मोहम्मद अमीन। ते अपना भाई? मोहम्मद अबरार। भाई लोकेशन क्या है, किस जगह ते शौक कर रहे हो? ये भाई जी जिला टोबा टैक्स हैगा, चक नंबर 257 का, 257 गाफ पे। अपना मोबाइल नंबर भी चलो शेयर कर दे शुरू से। 0341 88 88 98 ਸ਼ੌਕ ਕਰ ਰਹੇ ਹੋ? ਇਹ ਸ਼ੌਕ ਤਾਂ ਜੀ ਬਚਪਨ ਦਾ ਸੀਗਾ, ਫਿਰ ਮੈਂ ਤੇ ਬੱਕਰੀਆਂ ਗਵਾ ਲਈਆਂ ਸੀਗੀਆਂ, ਫਿਰ ਮੈਂ ਭਰਤੀ ਹੋ ਗਿਆ ਸੀ ਇਸ ਵਾਰ, ਫਿਰ ਆ ਬੱਚੇ ਨੇ ਮੁੰਡੇ ਨੇ ਫਿਰ ਦੁਬਾਰਾ ਸਾਰੀ 1.5 ਸਾਲ ਸਾਨੂੰ ਹੋ ਗਿਆ ਦੁਬਾਰਾ। ਭਰਤੀ ਹੋਣ ਤੋਂ ਪਹਿਲੇ ਕਿੰਨੇ ਸਾਲ ਚੱਲ ਰਹੀਆਂ ਬੱਕਰੀਆਂ? ਤਕਰੀਬਨ ਮੈਂ ਛੋਟਾ ਜਿਹਾ ਬੱਚਾ ਹੀ ਸੀ ਜਦੋਂ ਬੱਕਰੀਆਂ ਚਾਰ ਰਹੇ। ਅਚਾਨਕ ਯਾਨੀ ਕਿ ਅੱਲਾਹ ਪਾਕ ਨੇ ਤੁਹਾਡੀ ਸੀਟ ਦੇ ਦਿੱਤੀ? ਹਾਂਜੀ ਹਾਂਜੀ, ਬੜੀ ਇੱਜ਼ਤ ਦਿੱਤੀ। ਅਤੇ ਠੀਕ ਹੈ, ਉਸ ਤੋਂ ਬਾਅਦ ਅੰਦਰ ਜਨੂਨ ਤਾਂ ਹੈਗਾ ਸੀ, ਮੈਂ ਬੱਕਰੀਆਂ ਬਣਾਉਣੀਆਂ ਜ਼ਰੂਰ ਆ। ਪੂਰਾ ਜੀ ਮਸ਼ਾਅੱਲਾ। ਤੋ ਜਾਨਵਰ ਵੀ ਦਿਖਾਤੇ ਹੈ ਜੀ ਆਪਕੋ ਔਰ ਫਿਰ ਇਨਕੀ ਡਾਇਟ ਕੇ ਬਾਰੇ। ਅੱਛਾ ਪਹਿਲਾਂ ਖੁਰਾਕ ਦੇ ਬਾਰੇ ਪੁੱਛਨੇ, ਕੀ ਖਿਲਾ ਰਹੇ ਹੋ ਅੱਜ ਕੱਲ੍ਹ? ਖੁਰਾਕ ਭਾਈ ਆ ਦਾਣਾ ਵਾ ਅਤੇ ਜੰਤਰ ਆਪਣਾ ਘਰ ਦਾ ਹੀ ਆ, ਖੁੱਲ੍ਹਾ ਜੀ। ਸਹੀ ਹੈ, ਇਹੀ ਪਾ ਰਿਹਾ ਬਸ। ਮਰੱਬੇ ਬੱਕਰੀਆਂ ਜਾਂਦੀਆਂ ਵਾ ਉੱਥੇ, ਘੰਟਾ ਸੁਬਹ ਚੁਗਣੀਆਂ ਵਾ, ਘੰਟਾ ਸ਼ਾਮ ਚੁਗਣੀਆਂ ਵਾ, ਉਹ ਸਾਰਾ ਦਿਨ ਇੱਥੇ ਰਹਿਣੀ ਆ? ਸਾਰਾ ਦਿਨ ਇੱਥੇ ਸ਼ਾਂਤ, ਪਾਣੀ ਭਰ ਦਈਦਾ। ਸਹੀ ਹੈ, ਸ਼ੱਕਰ ਵਾਲਾ ਟੱਪ ਭਰ ਦੇਣਾ ਸੀ, ਹੁਣ ਬੱਕਰੀਆਂ ਸਾਰਾ ਦਿਨ ਪੀਂਦੀਆਂ ਰਹਿਣੀਆਂ। ਸਹੀ ਹੈ, ਮਾਸ਼ਾਅੱਲਾ ਜੀ। ਤੋ ਜਾਨਵਰ ਦਿਖਾਤੇ ਹੈ ਜੀ ਆਪਕੋ, ਬਾਕੀ ਇਨਸ਼ਾਅੱਲਾ ਸ਼ੌਕ ਕਰਵਾਤੇ ਹੈ। ਚਲੋ ਜੀ ਜੀ ਆਓ ਜੀ। ਅੱਛਾ ਜ਼ਿਆਦਾ ਤੁਹਾਡੇ ਕੋਲ ਕਾਲੇ ਪ੍ਰਿੰਟ ਦੀ ਹੀ ਬੱਕਰੀਆਂ ਹੈ, ਕੋਈ ਖਾਸ ਵਜ੍ਹਾ ਆਉਂਦੀ? ਇਹਦੀ ਵਜ੍ਹਾ ਇਹ ਹੈ ਜੀ, ਇਹ ਸਾਨੂੰ ਰੰਗ ਬਹੁਤ ਪਸੰਦ ਆ ਜੀ, ਕਾਲਾ ਕਾਲਾ ਅਤੇ ਕਾਲਾ ਟੱਪਾ। ਅੱਛਾ ਅੱਛਾ ਅੱਛਾ, ਸਹੀ ਹੈ। ਤੋ ਉਸ ਵਜ੍ਹਾ ਸੇ ਅਮੂਮਨ ਆਪਕੋ ਬੱਕਰੀਆਂ ਇਧਰ ਬਲੈਕ ਪ੍ਰਿੰਟ ਮੇਂ ਨਜ਼ਰ ਆਏਗੀ। ਤੋ ਸ਼ੁਰੂ ਮੈਂ ਆਪਕੋ ਯੇ ਫੀਮੇਲ ਦਿਖਾਤੇ ਹੈ ਜੀ। ਹੁਣ ਜੀ ਡਿਲੀਵਰ ਕੀਤਾ ਹੋਇਆ, ਸੋਈ ਹੋਈ ਹੈ? ਹਾਂਜੀ, ਇਹਦੇ ਆ ਦੋ ਜਵਾਕ ਆ ਜੀ। ਅੱਛਾ, ਇਹ ਬੱਕਰੀ ਹੈ ਜੀ, ਇਸਨੇ ਡਿਲੀਵਰ ਕੀਆ ਜੀ, ਸਾਥ ਯੇ ਵਾਲੇ ਦੋ ਬੱਚੇ ਹੈ ਜੀ, ਮਾਸ਼ਾਅੱਲਾ। ਔਰ ਇਹ ਬਈ ਕਿਸ ਬੱਕਰੇ ਦੇ ਹੋਣਗੇ, ਕੋਈ ਆਈਡੀਆ? ਇਹ ਪਿੱਛੋਂ ਲੱਗੀ ਨੇ ਜੀ, ਕਾਫੀ ਛਾਂ ਲੱਗੀ ਜੀ। ਅੱਛਾ, ਬੱਕਰੇ ਇਹ ਰੁਸਤਮ ਦੇ, ਉਹ ਬੰਦਾ ਦੱਸਦਾ ਸੀਗਾ, ਬਾਕੀ ਹੁਣ ਪਤਾ ਨਹੀਂ ਕਿਹੜੇ ਦੇ ਆ ਜੀ, ਚੰਗੇ ਬੱਕਰੇ। ਸਹੀ ਹੈ, ਉਹਦੇ ਸਾਨੂੰ ਉਹਨੇ ਉਹਦੀ ਦੱਸ ਕੇ ਦਿੱਤੀ ਸੀ ਬੱਕਰੀ, ਉਸ ਘਰੋਂ ਬੱਕਰੀ ਕਿਤੋਂ ਲਿਆਂਦੀ, ਕਹਿੰਦਾ ਉਸੇ ਬੱਕਰੇ ਤੋਂ ਹੋਈ ਹੈ। ਇਹਦੀ ਲੱਤ ਨੂੰ ਹੁਣ ਤੁਹਾਡੇ ਕੋਲ ਹੈਗਾ ਬਚਪਨ 'ਚੋਂ? ਇਹ ਬਚਪਨ 'ਚ ਬੱਕਰੀ ਦਾ ਜੀ, 2-4 ਦਿਨ ਦਾ ਸੀਗਾ, ਕਿਤੇ ਬੱਕਰੀ ਉੱਤੇ ਬਹਿ ਗਈ ਇਹਦੇ। ਅੱਛਾ, ਅਸੀਂ ਬੜਾ ਬਣਾਇਆ, ਸੂਤ ਨਹੀਂ ਕੰਮ ਆਇਆ ਜੀ। ਸਹੀ ਹੈ, ਇਹ ਬੱਕਰੀ ਹੁਣ ਤੁਹਾਡੇ ਕੋਲ ਹੈਗੀ ਹੈ ਮਾਸ਼ਾਅੱਲਾ। ਹਾਂਜੀ, ਤੁਸੀਂ ਸ਼ੌਕ ਕਰ ਵੀ ਰਹੇ ਜੇ? ਹਾਂਜੀ, ਲੋਕਾਂ ਦਾ ਵੀ ਸ਼ੌਕ ਕਰਾ ਸਕਦੇ ਕਿ ਨਹੀਂ? ਕਰਾਵਾਂਗੇ ਜੀ, ਪੂਰਾ ਕਰਾਵਾਂਗੇ। ਕਰਾਵਾਂਗੇ, ਜੇਕਰ ਤੁਹਾਡੇ ਕੋਲ ਕੋਈ ਬੱਕਰੀ ਮੰਗ ਲਵੇ, ਕੋਈ ਸ਼ੌਕ ਤਾਂ ਕਰਾਉਂਗਾ ਨਾ? ਕਰਾਵਾਂਗੇ ਜੀ, ਕੋਈ ਇਨਸ਼ਾਅੱਲਾ ਨਾ। ਸਹੀ ਹੈ, ਪੂਰਾ ਤਾਮਰ ਕਰਾਂਗੇ ਭਾਜੀ। ਠੀਕ ਹੈ ਜੀ, ਮਾਸ਼ਾਅੱਲਾ, ਯਾਨੀ ਕਿ ਆਪਣਾ ਸ਼ੁਕਰ ਮੇਲਾ ਬਣਾ ਸਕਦੇ ਨੇ। ਸਹੀ ਹੈ ਜੀ। ਇਹ ਬੱਚਿਆਂ ਦੀ ਉਮਰ ਵੈਸੇ ਕਿਤਨੀ ਕਿਤਨੀ ਹੋਏਗੀ? 3-3 ਮਾਹ। 3-3 ਮਾਹ ਕਿਉਂ ਹੋਗੇ ਜੀ? ਅਪਰੋਕਸੀਮੇਟਲੀ ਅੱਛੇ ਪੁਆਇੰਟਸ ਮੈਂ ਮਾਸ਼ਾਅੱਲਾ ਕਾਨ ਛਾਂ ਦੂਸਰੇ ਪੁਆਇੰਟਸ। ਔਰ ਸਾਥ ਯੇ ਮਰਜ਼ੀ ਦਿਖਾਤੇ ਹੈ ਆਪਕੋ। ਅੱਛਾ, ਇਹ ਹੁਣ ਖੁਦ ਮੇਲ ਕ੍ਰੋਸ ਕਰਵਾ ਕੇ ਲਈ ਹੈ, ਇਹ ਵੀ ਪਿੱਛੋਂ ਕ੍ਰੋਸ ਆਈ ਹੈ? ਇਹ ਪੱਠਾ ਨਹੀਂ ਜੀ, ਇਹ ਘਰੋਂ ਕਰਾਈ ਹੈ। ਅੱਛਾ, ਘਰ ਦੀ ਹੈ ਇਹ ਬੱਕਰਾ? ਉਹਦੀ ਵੀਡੀਓ ਵੀ ਉੱਥੇ ਬੱਕਰੇ ਕੋਲ ਹੈਗਾ, ਬੰਦੇ ਕੋਲ। ਸਹੀ ਹੈ ਜੀ, ਬੱਕਰਾ ਹੋਈ ਬਹੁਤ ਭਾਰਾ ਬੱਕਰਾ, ਨਾਗਰਾ ਲਾਲ ਡੱਬਾ, ਲੇਕਿਨ ਉਹ ਸੁੰਦਾ ਕਾਲਾ ਡੱਬਾ ਜੀ। ਇਹਦਾ ਵੀ ਮੂੰਹ ਰਾਂ ਨੂੰ ਕਰਿਆ ਜੀ, ਇਹ ਤਾਂ ਗੱਲ ਇਹ ਲੈ ਮਾਸ਼ਾਅੱਲਾ ਜੀ। ਔਰ ਇਹਦੀ ਏਜ ਕਿਆ ਹੋਏਗੀ ਜੀ? ਤਕਰੀਬਨ 6 ਮਾਹ ਦੀ ਹੈ ਜੀ। ਸਹੀ ਹੈ, ਮਾਸ਼ਾਅੱਲਾ ਜੀ, ਖੂਬਸੂਰਤ ਚੀਜ਼ ਹੈ ਜੀ। 5-6 ਮਾਹ ਬਰੀਕ ਔਰ ਕਾਨ ਸ਼ਾਨ ਅੱਛੇ ਹੈ, ਮਾਸ਼ਾਅੱਲਾ, ਅੱਛੀ ਲੈਂਥ ਹੈ, ਇਨ ਫਿਊਚਰ ਇੱਕ ਅੱਛੀ ਬੱਕਰੀ ਬਣ ਜਾਏਗੀ ਜੀ।
उसके बाद यहाँ गबन बकरियाँ खड़ी हैं मे भी है गबन है ना। हाँ गबन माशाल्लाह। अरे तुम जिन्हें भी गबना खुद इतने बकरा लिया के क्रॉस करवाई है। सही है माशाल्लाह जी। अच्छी लुक आफ्टर की जा रही है माशाल्लाह। अच्छा जिदा नॉर्मल तेरे को बकरियां दिखाई हैं भाई क्या दूध डिलीवर कर रही है डेली का अंदाजन? डेली का जी अल्लाह खैर करे बकरियां 3.5 किलो तो है मस्त जड़ा है। सही है जो आराम से डिलीवर कर रही हैं जी माशाल्लाह माशाल्लाह। सही है जी। ओ काली अगे कर दो माशाल्लाह। बहुत अच्छी लुक आफ्टर की जा रही है केयर बहुत अच्छी की जा रही है माशाल्लाह। और ये भी प्रेग्नेंट है भाई? हाँ जी माशाल्लाह। थोड़ी जगह तो पकड़ो उधर चमक इसके जिस्म पे दिखाते हैं जी आपको माशाल्लाह। छोड़ो जी वापस ले आओ माशाल्लाह। सही है छोड़ दे। ਕਿਹੜੀ ਦੀ? ਐਸ ਬੱਕਰੀ ਦੀ ਹੈ। ਅੱਛਾ ਸਾਡਾ ਇਹ ਠੀਕ ਹੈ ਜਿਹੜੀ ਹੁਣ ਗੱਬਣ ਹੈ। ਹਾਂਜੀ ਸਹੀ ਹੈ। ਇਹ ਮਾਦੀ ਹੈ ਜੀ ਇਸਕੀ ਪਹਿਲਾਂ ਬਾਪ ਤੇ ਬੱਚੀ ਰਹੀ ਹੋ। ਹਾਂ ਮਾਂ ਦੀ ਡੋਲੀ ਹੋ ਰਹਾ ਪੱਟਦੀ ਹੋ ਰਹਾ ਅੱਡੇ ਗੋਡੇ ਖੜੇ ਆ ਸਿੱਧੀ ਆ। ਹਾਂ ਮਾਸ਼ਾਅੱਲਾ 5 ਮਹੀਨੇ ਦੀ ਮਾਂ ਕੇ ਬਰਾਬਰ ਹੈ ਜੀ ਮਾਸ਼ਾਅੱਲਾ। ਔਰ ਇਸ ਦਫਾ ਇਹਦੇ ਤੇ ਬੱਕਰੇ ਦਾ ਕੋਈ ਆਈਡੀਆ ਦਿਓ ਜੀ? ਉਸੇ ਹੀ ਬੱਕਰਾ ਉਹੀ ਬੱਕਰਾ ਉਸੇ ਬੱਕਰੇ ਜੀ ਜਿਹਦੇ ਇਹ ਬੱਚੇ ਆ ਹੁਣ ਵੀ ਉਹੀ ਬੱਕਰਾ। ਸਹੀ ਹੈ ਸਹੀ ਹੈ। बस बस ठीक आराम इतने दिखा दें माशाल्लाह। पूछ लिया उन्होंने को पहले पूछना चाहिए शौक है ना। वो कहते असं आप कर लें शौक जिस जिस असें अपना किया तो लोगों का भी करवा। सही है। तो कहते शौक करावे इंशाल्लाह जो कोई सानू कोई यानी कि पूछे नंबर नंबर लग गया वा एड्रेस इन्हों का आ गया। सही जी। बाकी इंशाल्लाह जिला टोबा पैदा जिला टोबा टैक जिला टोबा टैक समुंदरी रोड रजाना। हाँ जी अड्डा फलौर जी चक नंबर 257। सही है। अच्छा भाई सर्दियों की खुराक देंगे उन्होंने? सर्दियों जी बनाया होंगे जी वंडा तकरीबन 10 to 11 चीज़ा जी बाजरा सोए मेथे अलसी हाड़ो जवैन मसर सारा मिक्स मसाला बना के घर के बड़ेवे सब खुद तैयार कर दे। बेहतर है बेहतर। और नाल चारा की डाल दे बरसीन या लूसन वगैरह? लूसन भी बरसीन भी जवा भी। सही है। खुद जमीन कर दे। सर्दियों नु इथे घरे रखनी है बाहर नहीं चरन नहीं जानी अपनी जमीन। हां जी फार्मा तो ते बाकी अंदर बनाया मां। हां जी ठीक है बेहतर है माशाल्लाह जी। अच्छा आप जी हूँ जानवर दिखाते माशाल्लाह सोने ने ख्याल बहुत अच्छा किया जा रहा है। आप इतने आए कि बेसिकली स्टोरी भी जरा सुना माशाल्लाह। राय साहब एक मिनट बनाना अभी ना जा रहे थे अच्छे नमैच लगनी जिला टोबे के चक नंबर 35 के हाँ जी अभी चवाई से जा रहे सी सू उसमें सद्या सुनते होंगे सी इतने करके कोई बकरियां कई घर ने बह गई ने बेच करके क्योंकि जो असं मैं तुम टकरा हो भाई उन्होंने माम माशाल्लाह फ्लोर अड्डे उत्ते ही मैं शेव लगा करवा शेव करवा लगे गलबात हो लगे जिते कितने जाना मैं यार अभी जाना 35 इन्हें आखिर तू कि जाना मैं अल्लाह पता ही हो जाना कि जाना चले बकरियों का शौक करना। सही जी। इन्हें कहा भी बकरियां शौक ने साडे पिंड दे नाल ही नाल एक पिंड वा मेरा पिंड दादी उन्हें कहा उत्थे ना बकरियां मुंडे शौक आ राइया दे इन्हें कहा चल चलो भी वहां बकरा बहुत चंगा। सही। मैं कहा चलो माशाल्लाह वेखने आ हालांकि साढ़े को टाइम नहीं सी इन्ना हैगा क्योंकि अजकल टाइम साहब साड़ी दौड़ बड़ी लगी है वीडियो बनाने जो चंगा बकरा लिया ना लिया मैं खलो गया उनको उस तो बाद आके भाई ने साड़ी बड़ी मुहब्बत की नाल आए ने भाई उन्होंने मैं कह यार तुम ऐसी करो उन्होंने तुम फोन कर लवो भी चाहे मैं नहीं किसी का वाकफ तो इन्हें कह यार हसन लग पे अपने ढिड च भी ये की चीज़ आ मैं तू फोन कर चाचा गुजर ऐसा ही करो बाकी माशाल्लाह चौल साहब ने बड़ा तराम किया बहुत किया माशाल्लाह अल्लाह तंदुरुस्त असल लिया बंद सामने आए थे बाकी अगे एक फार्म है जितने इन्होंने वाला बकरा है बनावा उस बाद जवाई जा रहे हैं चलो टाइम भी 10-11 ठीक है जी। तो ये थे जी आज के सीन्स जानवरों की केयर प्लस क्वालिटी वाली जो आगे वाली ब्रीड आ रही है वो बहुत अच्छी है जैसे कि ये कट आ गई।
तो होप्स आने वाले टाइम में इनसे भी बेहतर रिजल्ट्स देखने को मिलेंगे, क्वांटिटी प्लस क्वालिटी दोनों की बात कर रहा हूँ। तो वीडियो एंड करते हैं जी, मिलते हैं नेक्स्ट वीडियो में, तब तक के लिए अल्लाह हाफिज़ जी।